ਦੇ ਵਿੱਚ ਆਪ ਜੀ ਦੇ ਪ੍ਰੈਸ ਦੇ ਰਹੀ ਅਤੇ ਸੋਸ਼ਲ ਮੀਡੀਆ ਰਹੀ ਆਪ ਜੀ ਰਹੀ ਸਾਰੇ ਭਾਰਤ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ ਔਰ ਵੱਖ ਵੱਖ ਜਥੇਬੰਦੀਆਂ ਨੇ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਸਨ ਜਾਂ ਸਮਾਜ ਨਾਲ ਸੰਬੰਧਿਤ ਸਨ ਸਾਰਿਆਂ ਨੇ ਇਸ ਦੇ ਵਿੱਚ ਰੋਸ ਪ੍ਰਗਟ ਕੀਤਾ ਆਪ ਜੀ ਨੇ ਪ੍ਰੈਸ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਉਸਨੂੰ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਜੋ ਸਾਡਾ ਸੁਨੇਹਾ ਸੀ ਪਹੁੰਚਾਇਆ ਉਸਦੇ ਵਾਸਤੇ ਵੀ ਤੁਸੀਂ ਧੰਨਵਾਦ ਦੇ ਪਾਤਰ ਹੋ ਔਰ ਅੱਜ ਅਸੀਂ ਦਿੱਲੀ ਤੋਂ ਜੋ ਸਰਕਾਰ ਦੇ ਨਾਲ ਡਾਇਲੋਗ ਹੋਇਆ ਸੰਗਤ ਪੁੱਛ ਰਹੀ ਹੈ ਬਹੁਤ ਸਾਰੇ ਅਹੁਦੇਦਾਰ ਪੁੱਛ ਰਹੇ ਹਨ ਕਿ ਕੀ ਗੱਲਬਾਤ ਹੋਈ ਉਹ ਜੋ ਜਾਣਕਾਰੀ ਨਹੀਂ ਪਹੁੰਚ ਰਹੀ ਉਹ ਆਪ ਜੀ ਦੇ ਰਾਹੀਂ ਅਸੀਂ ਥੱਲੇ ਭਾਰਤ ਦੇ ਵਿੱਚ ਹੀ ਨਹੀਂ ਪੂਰੇ ਦੁਨੀਆਂ ਦੇ ਵਿੱਚ ਇਹ ਗੱਲ ਦੱਸਣੀ ਚਾਹੁੰਦੇ ਹਾਂ ਕਿ ਕੀ ਡਾਇਲੋਗ ਹੋਇਆ ਸੋ ਪਰਸੋਂ ਰੋਜ਼ ਜੋ ਸਰਕਾਰ ਦੇ ਵਿੱਚ ਸੰਬੰਧਿਤ ਅਹੁਦੇਦਾਰ ਹਨ ਉਹਨਾਂ ਨੇ ਸਾਡੇ ਨਾਲ ਇੱਕ ਮੀਟਿੰਗ ਜੋ ਪਿਛਲੇ ਹਫ਼ਤੇ ਕੀਤੀ ਸੀ ਉਸ ਤੋਂ ਉਪਰੰਤ ਉਸਦਾ ਅੱਗੇ ਨਤੀਜਾ ਫਾਈਨਲ ਦੇ ਵਿੱਚ ਇਹ ਆਇਆ ਕਿ ਸਰਕਾਰ ਦੇ ਵਿੱਚ ਜੋ ਸੀ 1/12 ਸ਼੍ਰੀਮਾਨ ਭੁਪਿੰਦਰ ਯਾਦਵ ਜੀ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਹਨ ਪਾਰਟੀ ਵਿੱਚ ਵੀ ਅਹੁਦੇਦਾਰ ਹਨ ਉਹਨਾਂ ਨੇ ਔਰ ਉਹਨਾਂ ਦੇ ਨਾਲ ਸ਼੍ਰੀ ਦੁਸ਼ੰਤ ਕੁਮਾਰ ਜੀ ਜਿਹੜੇ ਕਿ ਸੀਨੀਅਰ ਵਾਈਸ ਪ੍ਰਧਾਨ ਹਨ ਔਰ ਹੋਰ ਵੱਖ ਵੱਖ ਜੋ ਪਾਰਟੀਆਂ ਦੇ ਵਿੱਚ ਅਹੁਦੇਦਾਰ ਸਨ ਉਹਨਾਂ ਨੇ ਮਿਲ ਕੇ ਇੱਕ ਸੰਤ ਸਮਾਜ ਦੇ ਨਾਲ ਮੀਟਿੰਗ ਕੀਤੀ ਜਿਸ ਦੇ ਵਿੱਚ ਇਹ ਫੈਸਲਾ ਸਰਕਾਰ ਨੇ ਲਿਆ ਔਰ ਸਾਨੂੰ ਭਰੋਸਾ ਦਵਾਇਆ ਸੰਤ ਸਮਾਜ ਨੂੰ ਕਿ ਜਿਹੜੇ ਬੱਚੇ ਜੋ ਸਾਡੀ ਮੁੱਖ ਮੰਗ ਸੀ ਕਿ 96 ਬੱਚੇ ਜਿਹੜੇ ਮੱਥਾ ਟੇਕਣ ਜਾ ਰਹੇ ਸਨ ਤੁਗਲਕਾਬਾਦ ਗੁਰੂ ਮਹਾਰਾਜ ਦੇ ਉਸ ਧਰਤੀ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗ੍ਰਿਫਤਾਰ ਉਹਨਾਂ ਨੂੰ ਉਦੋਂ ਨਹੀਂ ਕੀਤਾ ਸੀ ਜਿੱਥੇ ਉਹ ਧਰਤੀ ਹੈ ਉੱਥੋਂ ਉਹ ਚਲੇ ਗਏ ਸਨ ਪੁਲਿਸ ਵੱਲੋਂ ਖਦੇੜ ਦਿੱਤੇ ਗਏ ਸਨ ਲੇਕਿਨ ਰਾਤ ਨੂੰ ਫਿਰ 9 ਵਜੇ ਦੇ ਕਰੀਬ ਉਹਨਾਂ ਨੂੰ ਕਿਸੇ ਨੂੰ ਮੈਟਰੋ ਸਟੇਸ਼ਨ ਤੋਂ ਕਿਸੇ ਨੂੰ ਕਿਸੇ ਧਰਮਸ਼ਾਲਾ ਦੇ ਵਿੱਚੋਂ ਜਾਂ ਕਿਸੇ ਨੂੰ ਸੜਕ ਤੋਂ ਅਰੈਸਟ ਕਰ ਲਿਆ ਉਹਨਾਂ ਬਾਰੇ ਉਹਨਾਂ ਦੇ ਕੇਸ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਨੂੰ ਪੂਰਾ ਭਰੋਸਾ ਦਵਾਇਆ ਗਿਆ ਸੰਤ ਸਮਾਜ ਨੂੰ ਕਿ ਇਹ ਜੋ ਬੱਚੇ ਹਨ ਬਹੁਤ ਜਲਦ ਬਿਨਾਂ ਸ਼ਰਤ ਰਿਹਾ ਕਰ ਦਿੱਤੇ ਜਾਣਗੇ ਉਹ ਕੇਸ ਵਾਪਸ ਲਿਆ ਜਾਵੇ ਦੂਸਰਾ 13 ਦੇ ਬੰਦ ਦੇ ਦੌਰਾਨ ਜੋ ਪਰਚੇ ਪੰਜਾਬ ਦੇ ਵਿੱਚ ਹੋਏ ਰੇਲਵੇ ਦੇ ਰੇਲਵੇ ਵਿਭਾਗ ਵੱਲੋਂ ਵੀ ਕੇਸ ਰਜਿਸਟਰ ਹੋਏ ਹੈ ਉਹ ਵੀ ਪਲੱਸ ਹੋਰ ਜਿਹੜੇ ਇਸ ਅੰਦੋਲਨ ਦੇ ਨਾਲ ਸੰਬੰਧਿਤ ਪਰਚੇ ਹੋਏ ਹੈ ਉਹਨਾਂ ਸਾਰਿਆਂ ਦਾ ਵੀ ਉਹਨਾਂ ਨੇ ਭਰੋਸਾ ਦਵਾਇਆ ਕਿ ਸਾਨੂੰ ਇੱਕ ਲਿਸਟ ਪੰਜਾਬ ਦੀ ਦਿਓ ਅਸੀਂ ਰੇਲਵੇ ਨਾਲ ਵੀ ਔਰ ਜਿਹੜੇ ਬਾਕੀ ਪਰਚੇ ਹੈ ਉਹਨਾਂ ਦੇ ਵੀ ਅਸੀਂ ਇਹ ਤੁਹਾਡੇ ਨਾਲ ਬੈਠ ਕੇ ਉਹਦਾ ਫੈਸਲਾ ਉਹਨਾਂ ਨੂੰ ਵੀ ਰਿਹਾ ਕਰਾਂਗੇ ਸੋ ਇਹ ਸੀ ਪਰਚਿਆਂ ਬਾਰੇ ਗ੍ਰਿਫਤਾਰੀ ਬਾਰੇ ਦੂਸਰਾ ਮੰਦਰ ਜਿਹੜਾ ਹੈ ਸਰਕਾਰ ਨੇ ਆਪਣੀ ਮਨਸ਼ਾ ਕਲੀਅਰ ਜਾਹਰ ਕਰ ਦਿੱਤੀ ਕਿ ਸਰਕਾਰ ਕਿਸੇ ਵੀ ਹਾਲਤ ਵਿੱਚ ਉੱਥੇ ਜੋ ਮੰਦਰ ਬਣਿਆ ਹੈ ਉਸ ਨੂੰ ਦੁਬਾਰਾ ਬਣਾਉਣ ਵਾਸਤੇ ਵਚਨਬੱਧ ਹੈ ਉਹ ਜਗ੍ਹਾ ਜਿਹੜੀ ਹੈ ਗੁਰਦਾਸ ਮਹਾਰਾਜ ਦੇ ਨਾਂ ਤੇ ਅਲਾਟ ਹੋ ਜਾਏਗੀ ਔਰ ਉਸ ਨੂੰ ਸਰਕਾਰ ਆਪਣਾ ਕੋਈ ਨੁਮਾਇੰਦਾ ਜਾਂ ਟਰੱਸਟ ਵਗੈਰਾ ਨਹੀਂ ਬਣਾਏਗੀ ਸੰਤ ਸਮਾਜ ਜੋ ਹੈ ਭਾਰਤ ਦਾ ਔਰ ਅਗਰ ਉਸਦੇ ਵਿੱਚ ਕੋਈ ਵਿਦੇਸ਼ਾਂ ਵਿੱਚੋਂ ਵੀ ਕੋਈ ਆ ਕੇ ਉਸਦੇ ਵਿੱਚ ਸੇਵਾ ਕਰਨੀ ਚਾਹੁੰਦਾ ਹੈ ਤੇ ਉੱਥੇ ਇੱਕ ਕਮੇਟੀ ਬਣੇਗੀ ਜਿਹੜੀ ਉਸ ਨਾਂ ਨੂੰ ਜਦੋਂ ਜਗ੍ਹਾ ਮਿਲ ਜਾਏਗੀ ਉਹਦੇ ਰੱਖ ਰਖਾਵ ਵਾਸਤੇ ਉਹਦੇ ਪ੍ਰਬੰਧਾਂ ਵਾਸਤੇ ਉਹ ਜੋ ਗੁਰਦਾਸ ਮਾਨ ਨਾਲ ਸੰਬੰਧਿਤ
ਲੋਕ ਉਸ ਨੂੰ ਚਲਾਉਣਾ ਚਾਹੁੰਗੇ, ਵਿੱਚ ਸੇਵਾ ਕਰਨਾ ਚਾਹੁੰਦੇ, ਉਹਨਾਂ ਦੀ ਇੱਕ ਬੇਨਤੀ ਮੰਗੀ। ਇਹ ਭਰੋਸਾ ਹੋ ਰਿਹਾ। ਔਰ 13 ਤਰੀਕ ਨੂੰ ਇੱਕ ਪਹਿਲਾਂ ਤੋਂ ਮਹਾਨਯੋਗ ਸੁਪਰੀਮ ਕੋਰਟ ਨੇ ਤਰੀਕ ਪਾਈ ਹੋਈ ਹੈ ਇਸ ਕੇਸ ਨੂੰ ਲੈ ਕੇ। ਉਹ 13 ਤਰੀਕ ਨੂੰ ਜੋ ਪਾਰਟੀ ਬਣਨਾ, ਜਿਵੇਂ ਕਿ ਆਲ ਇੰਡੀਆ ਹਰ ਧਰਮ ਮਿਸ਼ਨ ਵੀ ਉਸ ਦੇ ਵਿੱਚ ਲਿਖ ਕੇ ਦਏਗਾ ਉਸ ਦਿਨ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ, ਕਿ ਅਸੀਂ ਇਸ ਜਗ੍ਹਾ ਤੇ, ਕਿਉਂਕਿ ਆਲ ਇੰਡੀਆ ਹਰ ਧਰਮ ਮਿਸ਼ਨ ਇੱਕ ਸੰਸਥਾ ਹੈ ਜਿਹੜੀ ਗੁਰਦਾਸ ਮਹਾਰਾਜ ਦੇ ਸੰਬੰਧਿਤ ਸਥਾਨਾਂ ਦੇ ਨਾਲ ਖੋਜ ਕਰਕੇ ਉੱਥੋਂ ਦੀਆਂ ਸੰਸਥਾ ਦੇ ਹਵਾਲੇ ਕਰ ਦਿੰਦੀ ਹੈ ਕਿ ਸੇਵਾ ਸੰਭਾਲ ਹੁਣ ਤੁਸੀਂ ਕਰੋ। ਉਸੇ ਤਹਿਤ ਜੋ ਤੁਗਲਕਾਬਾਦ ਦਾ ਅਸਥਾਨ ਹੈ ਉਸਦਾ ਵੀ, ਕਿਉਂਕਿ ਹੁਣ ਬਹੁਤ ਸਾਰੇ ਇਸ ਦੇ ਵਿੱਚ ਆਪਾਂ ਇਨਵੋਲਵ ਹੋ ਗਏ ਹਾਂ, ਪੂਰੇ ਭਾਰਤ ਵਿੱਚੋਂ ਵੀ, ਵਿਦੇਸ਼ਾਂ ਵਿੱਚੋਂ ਵੀ ਸੰਗਤਾਂ ਇਸ ਦੇ ਵਿੱਚ ਸ਼ਾਮਲ ਹਨ। ਇੱਕ ਵੱਡੀ ਕਮੇਟੀ ਬਣਾ ਕੇ, ਸਾਰਿਆਂ ਦੀ ਕਮੇਟੀ ਬਣਾ ਕੇ, ਉਹ 13 ਤਰੀਕ ਤੋਂ ਬਾਅਦ ਜਦੋਂ ਮਾਨਯੋਗ ਸੁਪਰੀਮ ਕੋਰਟ ਦਾ ਇਹ ਜੋ ਪੱਖ ਹੈ ਉਹ ਸਾਹਮਣੇ ਆ ਜਾਏਗਾ, ਔਰ ਉਸ ਤੋਂ ਬਾਅਦ ਉਹ ਜਿਹੜਾ ਜਿਹੜੀ ਹੈ ਉਹ ਉੱਥੇ ਰੱਖ ਰੱਖਾ ਹੋਏਗਾ। ਇਨ ਕੇਸ 13 ਤਰੀਕ ਨੂੰ ਜੋ ਫੈਸਲਾ ਹੈ ਉਹ ਤਰੀਕ ਲੰਬੀ ਪੈਂਦੀ ਹੈ ਜਾਂ ਇਸ ਜੋ ਅਸੀਂ ਗੱਲ ਕੀਤੀ ਉਹ ਨਹੀਂ ਉਸ ਤਰ੍ਹਾਂ ਦਾ ਹੁੰਦਾ, ਤੇ ਸਰਕਾਰ ਨੇ ਸਾਨੂੰ ਭਰੋਸਾ ਦਵਾਇਆ ਕਿ ਸਾਡੇ ਕੋਲ ਇਸ ਦਾ ਬਦਲਵਾਂ ਹੱਲ ਹੈ, ਅਸੀਂ ਜਿਹੜੀ ਜ਼ਮੀਨ ਹੈ ਉਹ 100% ਭਾਰ ਕੇ, ਕੋਈ ਇੱਕ ਇਹਦੇ ਵਿੱਚ ਕੋਈ ਖਦਸ਼ਾ ਨਹੀਂ ਕਿ ਇਹ ਗੁਰਦਾਸ ਮਹਾਰਾਜ ਤੋਂ ਇਲਾਵਾ ਕਿਸੇ ਹੋਰ ਨੂੰ ਅਲੋਟ ਕੀਤਾ।